ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ, ਜਿਹੜੇ ਵੀ ਕਾਰ ਲਵਰਸ ਨੇ, ਨਵੀਆਂ ਨਵੀਆਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ, ਲਾਂਚ ਹੋ ਰਹੀਆਂ ਨੇ, ਤਾਂ ਉਹਨਾਂ 'ਤੇ ਨਿਗਾਹਾਂ ਰਹਿੰਦੀਆਂ ਨੇ। ਅਤੇ ਅੱਜ ਅਸੀਂ ਤੁਹਾਨੂੰ ਇੱਕ ਹੋਰ ਨਵੀਂ ਗੱਡੀ ਲਾਂਚ ਹੋਈ ਹੈ, ਉਹਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ, ਉਹਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਸਿਟਰੋਇਨ ਦੀ ਬਸਾਲਟ ਜਿਹੜੀ ਗੱਡੀ ਹੈ, SUV ਕੂਪੇ ਆ ਇਹ, ਖਾਸ ਗੱਲ ਇਹਦੀ, ਅਤੇ ਇਹ ਲਾਂਚ ਕੀਤੀ ਗਈ ਹੈ ਸਿਟਰੋਇਨ ਵੱਲੋਂ। ਅਤੇ ਇਸ 'ਚ ਕੀ ਖਾਸ ਹੈ, ਕਿੰਨਾ ਗੱਡੀਆਂ ਨਾਲ ਇਹ ਮੁਕਾਬਲੇ 'ਚ ਹੈ, ਗੱਲਬਾਤ ਅਸੀਂ ਕਰਾਂਗੇ। ਤੁਸੀਂ ਗੱਡੀ ਵੀ ਦੇਖ ਸਕਦੇ ਹੋ ਅਤੇ ਪੂਰੇ ਫੀਚਰਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸਿਟਰੋਇਨ ਦੇ GM ਸੇਲਸ ਨੇ ਜਿਹੜੇ ਨਵਨੀਸ਼ ਜੀ, ਉਹ ਮੌਜੂਦ ਨੇ। ਨਵਨੀਸ਼ ਜੀ, ਪਹਿਲਾਂ ਤਾਂ ਬੇਸਿਕਲੀ ਇਹਦੇ ਬਾਰੇ ਦੱਸੋ, ਜਿਹੜੀ ਬਸਾਲਟ ਹੈ ਤੁਹਾਡਾ ਨਵਾਂ ਲਾਂਚ ਹੋਈ ਹੈ ਗੱਡੀ, ਇਹ ਕਿਹੜੇ ਕਿਹੜੇ ਵੇਰੀਐਂਟਸ ਹੈਗੀ ਹੈ ਅਤੇ ਕੀ ਮੇਨ ਸਪੈਸੀਫਿਕੇਸ਼ਨਸ? ਵੇਰੀਐਂਟਸ ਇਸ 'ਚ ਟਰਬੋ ਅਤੇ ਨੋਨ ਟਰਬੋ ਦੋ ਤਰ੍ਹਾਂ ਦੇ ਇੰਜਨ ਨੇ। ਨੋਨ ਟਰਬੋ ਵਿੱਚ ਦੋ ਵੇਰੀਐਂਟ ਨੇ, ਬੇਸਿਕ ਅਤੇ ਇੱਕ ਉੱਪਰ ਵਾਲਾ। ਬਾਕੀ ਟਰਬੋ 'ਚ ਵੀ ਮਿਲੇਗੇ ਤੁਹਾਨੂੰ ਮੈਨੂਅਲ ਅਤੇ ਆਟੋਮੈਟਿਕ, ਚਾਰ ਟਰਬੋ 'ਚ ਨੇ ਅਤੇ ਦੋ ਨੋਨ ਟਰਬੋ 'ਚ ਨੇ। ਅੱਛਾ, ਇਹ ਪੈਟਰੋਲ ਡੀਜ਼ਲ ਦੋਵਾਂ ਵਿੱਚ ਹੈ ਜੀ? ਇਹ ਸਿਰਫ ਪੈਟਰੋਲ 'ਚ ਹੈ ਜੀ। ਅੱਛਾ, ਇਹ ਵੀ ਦੱਸੋ ਜਿਹੜੀ SUV ਕੂਪੇ ਜਿਹੜੀ ਇਹਦਾ ਸੈਗਮੈਂਟ ਹੈਗਾ, ਉਹਦੇ 'ਚ ਕੀ ਖਾਸ ਹੈ? ਬੇਸਿਕਲੀ ਕੂਪੇ ਹੁੰਦਾ ਸਰ SUV ਅਤੇ ਕਾਰ ਦਾ ਮਿਕਸਚਰ, ਰਾਈਟ, ਜਿਹਦੇ 'ਚ ਕਿ ਕਸਟਮਰ ਨੂੰ ਦੋਨੋਂ ਤਰ੍ਹਾਂ ਦੇ ਟੇਸਟ ਮਿਲ ਸਕਦੇ ਆ ਜੀ। ਆਫ ਰੋਡਿੰਗ ਵੀ ਕਰ ਸਕਦੇ ਅਤੇ ਸਿਟੀ ਵਾਈਜ਼ ਵੀ ਬੜੀ ਵਧੀਆ ਚੱਲਦੀ ਜੀ। ਅੱਛਾ, ਇਹ ਜਿਹੜੀ ਗੱਡੀ ਹੈਗੀ, ਇਹਦਾ ਪ੍ਰਾਈਸ ਦੀ ਆਪਾਂ ਗੱਲ ਕਰੀਏ, ਜਿਹੜੇ ਤੁਸੀਂ ਵੇਰੀਐਂਟਸ ਦੱਸੇ, ਆਟੋਮੈਟਿਕ ਹੋਵੇ ਜਾਂ ਮੈਨੂਅਲ ਹੋਵੇ, ਉਹਨਾਂ ਦੇ ਪ੍ਰਾਈਸ ਬਾਰੇ ਵੀ ਦੱਸੋ। ਪ੍ਰਾਈਜ਼ 7.99 ਤੋਂ ਇੰਟਰੋਡਕਟਿਵ ਪ੍ਰਾਈਸ ਸ਼ੁਰੂ ਕੀਤਾ ਜੀ ਕੰਪਨੀ ਨੇ, ਰਾਈਟ, ਜਿਹੜਾ ਕਿ 13,60,000 ਤੱਕ ਫਿਰ ਟੋਪ ਮਾਡਲ ਆਟੋਮੈਟਿਕ ਤੱਕ ਜਾਂਦਾ ਜੀ। ਹਾਂਜੀ, ਜਿਹੜੀ ਇੰਜਨ ਦੀ ਆਪਾਂ ਗੱਲ ਕਰੀਏ, ਇੰਜਨ 'ਚ ਕੀ ਖਾਸ ਹੈ, ਕਿਵੇਂ ਕੀ ਕਪੈਸਿਟੀ ਹੈ? ਇੰਜਨ ਜਿਹੜਾ ਕਿ ਦੋ ਤਰ੍ਹਾਂ ਦੇ ਦੱਸੇ, ਜਿਹੜਾ ਤਾਂ ਨੋਨ ਟਰਬੋ ਇੰਜਨ ਹੈ ਉਹਦੀ 82 BHP ਹੈ ਜੀ, 1.2 ਲੀਟਰ ਇੰਜਨ ਹੈ ਦੋਵੇਂ। ਜਿਹੜਾ ਟਰਬੋ ਹੈਗਾ ਜੀ ਉਹ 1.2 ਟਰਬੋ ਹੈ ਜਿਹਦੀ ਕਿ 110 BHP ਹੈ ਜੀ। ਕਿਹੜੀਆਂ ਜਿਹੜੀਆਂ ਮਾਰਕੀਟ 'ਚ ਗੱਡੀਆਂ ਨੇ ਜਿਹੜਾ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਕੰਪੀਟੀਸ਼ਨ 'ਚ ਗੱਡੀ ਆਈ ਹੈ, ਅਤੇ ਤੁਸੀਂ ਟਾਰਗੇਟ ਜਿਹੜੀ ਤੁਹਾਡੀ ਆਡੀਅੰਸ ਹੈ ਉਹ ਕੀ ਰਹੂ? ਐਸ ਸੱਚ ਸਾਨੂੰ ਹਾਲੇ ਕਿਸੇ ਨੇ ਕਸਟਮਰ ਨੇ ਸਾਡੇ ਨਾਲ ਕੋਈ ਕਿਸੇ ਹੋਰ ਗੱਡੀ ਨਾਲ ਕੋਈ ਕੰਪੈਰੀਜ਼ਨ ਨਹੀਂ ਕੀਤਾ। ਅਦਰਵਾਈਜ਼ ਟਾਟਾ ਦੀ ਕਰਵ ਜਿਹੜੀ ਆ ਰਹੀ ਹੈ ਉਹ ਇਸ ਸੈਗਮੈਂਟ ਦੀ ਗੱਡੀ ਹੈਗੀ ਹੈ, ਅਤੇ ਹਾਲੇ ਉਹਨਾਂ ਦੀ ਗੱਡੀ ਵੀ ਲਾਂਚ ਹੋਣੀ ਹੈ, ਅਤੇ ਉਹ ਵੀ ਇੱਕ ਵਾਰ ਲਾਂਚ ਹੋ ਜਾਏਗੀ ਤਾਂ ਸਾਰਾ ਮਾਈਨਸ ਪਲੱਸ ਸਾਹਮਣੇ ਆ ਹੀ ਜਾਊਗਾ। ਜਿੱਥੇ ਇੱਕ ਪਾਸੇ EV ਨੂੰ ਪ੍ਰਮੋਟ ਕੀਤਾ ਜਾ ਰਿਹਾ, EV ਵਹੀਕਲਸ ਜਿਹੜੇ ਇਲੈਕਟ੍ਰਿਕ ਵਹੀਕਲਸ ਕਾਫੀ ਲਾਂਚ ਹੋ ਰਹੇ ਨੇ, ਅਤੇ ਉਸ ਦੇ ਚੱਲਦੇ ਤੁਸੀਂ ਪੈਟਰੋਲ ਇੱਕ ਵੇਰੀਐਂਟ ਕੱਢਿਆ, ਹਾਲਾਂਕਿ ਲਗਾਤਾਰ ਹਰ ਕੰਪਨੀ ਦੀ ਆ ਰਹੀਆਂ, ਤਾਂ ਲੱਗਦਾ ਕੋਈ ਚੈਲੇਂਜ ਰਹੂਗਾ? ਐਸਾ ਜਿਵੇਂ EV ਦੀ ਗੱਲ ਕਰੀਏ ਤਾਂ EV ਸਾਡੀ ਆਲਰੇਡੀ ਸਿਟਰੋਨ 'ਚ ਆ ਰਹੀ ਹੈ, ਜਿਵੇਂ ਤੁਸੀਂ ਦੇਖਿਆ ਹੋਏਗਾ ਲਾਸਟ ਈਅਰ C3 ਵਿੱਚ ਇਲੈਕਟ੍ਰਿਕ ਗੱਡੀ ਵੀ ਆ ਗਈ ਹੈ, ਜਿਹੜੀ ਬਹੁਤ ਵਧੀਆ ਰਿਸਪੋਂਸ ਮਿਲਿਆ ਸਾਨੂੰ, ਅਤੇ ਇਨ ਫਿਊਚਰ ਕੰਪਨੀ ਦਾ ਵੀ ਪੂਰਾ ਪਲਾਨ ਹੈਗਾ ਕਿ ਇਹਦੇ ਵਿੱਚ ਹੀ EV ਆਵੇ। ਅੱਛਾ, ਅਸੀਂ ਚਾਹਾਂਗੇ ਸਾਨੂੰ ਤੁਸੀਂ ਦਿਖਾਓਗੇ ਗੱਡੀ ਬਾਰੇ, ਦੱਸੋ ਕੀ ਖਾਸ ਖਾਸ ਜਿਹੜਾ ਹੈਗਾ ਇਹਦੇ ਵਿੱਚ? ਇਹ ਟੋਪ ਮਾਡਲ ਹੈ ਜਿਹੜਾ ਇਸ ਟਾਈਮ ਇੱਥੇ ਆਪਾਂ ਦੇਖ ਸਕਦੇ ਹਾਂ, ਆਟੋਮੈਟਿਕ, ਆਲ ਲੈਦਰਾਈਟ ਸੀਟ ਕਵਰਸ, ਆਲ ਲੈਦਰਾਈਟ, ਯਾ ਸ਼ੋ ਆਈਏ। ਬੂਟ ਸਪੇਸ ਬਾਰੇ ਦੱਸ, ਬੂਟ ਸਪੇਸ ਤੁਸੀਂ ਦੇਖ ਸਕਦੇ ਹੋ ਕਿ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਵੱਡਾ ਬੂਟ ਸਪੇਸ ਹੈਗਾ, ਰਾਈਟ। ਅੰਦਰ ਇੰਟੀਰੀਅਰ ਦੀ ਗੱਲ ਕਰੀਏ, ਇੰਟੀਰੀਅਰ 'ਚ ਕੀ ਖਾਸ, ਇੰਟੀਰੀਅਰ ਐਕਸਟੀਰੀਅਰ 'ਚ ਕੀ ਖਾਸ ਧਿਆਨ ਰੱਖਿਆ ਗਿਆ? ਇੰਟੀਰੀਅਰ 'ਚ ਸਰ ਲੈਦਰਾਈ ਇੰਟੀਰੀਅਰ ਹੈ ਜੀ ਸਾਰਾ, ਸਟੀਅਰਿੰਗ 'ਤੇ ਕੰਟਰੋਲਸ ਨੇ, 6 ਏਅਰਬੈਗ ਨੇ ਜੀ ਸੇਫਟੀ ਵਾਈਜ਼, ਰਾਈਟ। ਲੈਫਟ ਸਾਈਡ 'ਤੇ ਆਮਰੈਸਟ ਆ ਜਾਂਦੇ ਡਰਾਈਵਰ ਲਈ, ਜਿਹੜਾ ਕਿ ਲੌਂਗ ਰੂਟ 'ਤੇ ਡਰਾਈਵਿੰਗ ਕੰਫਰਟ ਨੂੰ ਵਧਾ ਦਿੰਦਾ, ਠੀਕ ਹੈ ਜੀ। ਉਸ ਤੋਂ ਬਾਅਦ
10 ਇੰਚ ਦਾ ਟੱਚ ਸਕਰੀਨ ਆਇਆ ਹੋਇਆ ਇਹਦੇ 'ਚ, ਜਿਹਦੇ 'ਚ ਕਿ ਤੁਹਾਡਾ ਐਪਲ ਕਾਰਪਲੇ ਅਤੇ ਐਂਡਰੋਇਡ ਆਟੋ ਵਾਇਰਲੈਸ ਕਨੈਕਟੀਵਿਟੀ ਹੈਗੀ ਹੈ। ਵਾਇਰਲੈਸ ਚਾਰਜਰ ਮਿਲ ਜਾਂਦਾ ਜੀ ਗੱਡੀ 'ਚ ਕਿ ਆਪਣੇ ਫੋਨ ਨੂੰ ਚਾਰਜ ਕਰਨਾ ਤੁਸੀਂ ਅਤੇ ਉਹ ਵੀ ਚਾਰਜ ਹੋ ਜਾਊਗਾ। ਅੱਛਾ, ਪਿੱਛੇ ਕੰਫਰਟੇਬਲੀ ਦੋ ਜਾਣੇ ਬਹਿੰਦੇ ਜਾਂ ਤਿੰਨ ਵੀ ਬਹਿ ਸਕਦੇ? ਤਿੰਨ ਪੂਰੇ ਬੰਦੇ ਬਹਿੰਦੇ ਜੀ, ਪ੍ਰੈਕਟੀਕਲ ਕਰਨਾ ਆਪਾਂ ਤਿੰਨੋਂ ਬੈਠ ਸਕਦੇ ਹਾਂ ਜੀ, ਰਾਈਟ। ਇਹਦੇ 'ਚ ਇੱਕ ਚੀਜ਼ ਹੋਰ ਦਿਖਾਉਣਾ ਜਿਹੜੀ ਹੋਰ ਕਿਸੇ ਹੋਰ ਗੱਡੀ 'ਚ ਨਹੀਂ, ਥਾਈ ਸਪੋਰਟ। ਆ ਥਾਈ ਸਪੋਰਟ ਹੈ ਜੀ, ਤੁਸੀਂ ਇਹਨੂੰ ਲੌਕ ਕਰ ਦੂੰਗੇ, ਇਹ ਤੁਹਾਡੀ ਥਾਈ ਸਪੋਰਟ ਬਣ ਜਾਏਗੀ, ਫਿਰ ਇਹਨੂੰ ਰਿਲੀਜ਼ ਕਰ ਸਕਦੇ ਹੋ। ਲੌਂਗ ਰੂਟ 'ਤੇ ਤੁਹਾਡਾ ਜਿਹੜਾ ਕੰਫਰਟ ਹੈਗਾ, ਰਾਈਡਿੰਗ ਕੰਫਰਟ, ਇਹ ਵੱਧ ਜਾਂਦਾ ਜੀ। ਨਹੀਂ, ਇਹ ਰੀਅਰ ਸੀਟ 'ਤੇ ਹੀ ਹੈ, ਪਿੱਛੇ ਏ ਸੀ ਵੀ ਆ ਜਾਏਗੇ, ਦੋ ਤੁਹਾਡੇ ਫਾਸਟ ਚਾਰਜਿੰਗ ਆ ਜਾਏਗੇ, ਅਤੇ ਮਿਡਲ ਵਿੱਚ ਆਮਰੈਸਟ ਆ ਜਾਏਗਾ ਜਿਹੜਾ ਕਿ ਤੁਹਾਡਾ ਲੌਂਗ ਰੂਟ 'ਤੇ ਰਾਈਡਿੰਗ ਕੰਫਰਟ। ਫਿਊਲ ਇਕੋਨਮੀ ਦੀ ਗੱਲ ਕਰੀਏ ਤਾਂ ਇੱਕ ਉਹ ਬੜਾ ਫੈਕਟਰ ਹੁੰਦਾ ਕੋਈ ਵੀ ਗੱਡੀ ਨਵੀਂ ਲੈਂਦਾ, ਉਹਦੇ ਬਾਰੇ ਵੀ ਸਰ ਦੇਖੋ, ਪ੍ਰੈਕਟੀਕਲੀ 18 ਦੇ ਆਸ ਪਾਸ ਤੁਹਾਡੀ ਫਿਊਲ ਇਕਨੋਮੀ ਦਿੰਦੀ ਹੈ, ਲੌਂਗ ਰੂਟ ਲੋਕਲ ਸਾਰਾ ਮਿਲਾ ਕੇ, ਅਤੇ ਮੇਰੇ ਹਿਸਾਬ ਨਾਲ ਪੈਟਰੋਲ ਸੈਗਮੈਂਟ 'ਚ ਇਟਸ ਵੈਰੀ ਗੁੱਡ ਮਾਈਲੇਜ। ਅੱਛਾ, ਇਹ ਪਿਓਰਲੀ ਪੈਟਰੋਲ ਇੰਜਨ ਹੀ ਹੈ, ਹਾਈਬ੍ਰਿਡ ਜਾਂ ਸੈਮੀ ਹਾਈਬ੍ਰਿਡ ਵਾਲਾ ਕੰਸੈਪਟ ਕੋਈ ਨਹੀਂ? ਇਹ ਹਾਲੇ ਪੈਟਰੋਲ ਹੈ ਜੀ, ਹਾਲੇ ਇਨ ਫਿਊਚਰ ਜੇ ਕੰਪਨੀ ਦਾ ਕੋਈ ਪਲਾਨ ਹੈਗਾ ਤਾਂ ਉਹ ਟਾਈਮ ਟੂ ਟਾਈਮ ਪਤਾ ਚੱਲ ਜਾਏਗਾ ਸਾਨੂੰ, ਅਤੇ ਡੈਫੀਨੇਟਲੀ ਉਹ ਰਿਵੀਲ ਕੀਤਾ ਜਾਏਗਾ ਜੀ। ਠੀਕ ਹੈ। ਸੋ ਇਹ ਦੱਸ ਰਹੇ ਸੀ ਕਿ ਜਿਹੜੀ ਇਹ ਗੱਡੀ ਹੈਗੀ ਹੈ ਤਾਂ ਇਹਦੇ 'ਚ ਕੀ ਖਾਸ ਹੈ? ਜਿਵੇਂ ਉਹਨਾਂ ਨੇ ਦੱਸਿਆ ਕਿ ਇਹ ਸੈਗਮੈਂਟ ਦੇ ਵਿੱਚ ਕਾਫੀ ਫੀਚਰਸ ਦਿੱਤੇ ਜਾ ਰਹੇ ਨੇ, ਅਤੇ ਪ੍ਰਾਈਸ ਦੀ ਗੱਲ ਕਰੀ ਤਾਂ ਲਗਭਗ 7.5-8 ਲੱਖ ਤੋਂ ਸ਼ੁਰੂ ਹੋ ਕੇ 13-13.5 ਲੱਖ ਤੱਕ ਇਹਦੇ ਮਾਡਲਸ ਜਿਹੜੇ ਜਾਂਦੇ ਨੇ। ਪਿਓਰਲੀ ਪੈਟਰੋਲ ਇੰਜਨ ਹੈ ਇਹ, ਟਰਬੋ ਅਤੇ ਨੋਨ ਟਰਬੋ ਦੋ ਅਲੱਗ ਅਲੱਗ ਇੰਜਨ ਇਹਨਾਂ ਨੇ ਲਾਂਚ ਕੀਤੇ ਨੇ, ਅਤੇ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਸਪੇਸ਼ੀਅਸ ਗੱਡੀ ਵੀ ਹੈ, ਅਤੇ ਜਿਹੜਾ ਇਹਦਾ ਡਿਜ਼ਾਈਨ ਹੈ ਉਹ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਵੀ ਬਣਾਇਆ ਗਿਆ, ਅਤੇ ਕਿਤੇ ਨਾ ਕਿਤੇ ਜਿਹੜਾ ਇੱਕ ਵਿੰਟੇਜ ਲੁੱਕ ਜਿਹੜੀ ਹੈਗੀ ਹੈ ਉਹ ਵੀ ਦਿੱਤੀ ਗਈ ਹੈ। ਸੋ ਦੇਖਣ ਵਾਲੀ ਗੱਲ ਹੋਊਗੀ ਜਿਹੜੇ ਇੰਡੀਅਨ ਮਾਰਕੀਟ ਦੇ ਵਿੱਚ ਕਸਟਮਰਸ ਨੇ, ਬਾਇਰਸ ਨੇ, ਉਹ ਕਿਸ ਤਰ੍ਹਾਂ ਦਾ ਇਸ ਨੂੰ ਰਿਸਪੋਂਸ ਦਿੰਦੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।